ਵੀ ਜਿਹੜੇ ਬੋਲੀ ਸੈਂਟਰ ਦੀ ਬੋਲਦੇ ਜਿਹੜੇ ਬੋਲੀ ਦਿੱਲੀ ਦੀ ਬੋਲਦੇ ਆ ਅਸੀਂ ਕਹਿੰਦੇ ਬੰਦਾ ਬਹੁਤ ਵਧੀਆ ਹੈ। ਐਨ ਆਰ ਸੀ ਸੀ ਏ ਆਇਆ ਕੇਜਰੀਵਾਲ ਬੋਲਿਆ ਕਸ਼ਮੀਰੀ 3 ਸਾਲ ਤੋਂ ਵੱਧ ਸਮਾਂ ਹੋ ਗਿਆ ਤਾੜੇ ਹੋਏ ਨੇ ਅੰਦਰ ਛੇ ਸਹੂਲਤਾਂ ਖਤਮ ਹੈ ਸਿੱਖਿਆ ਸਹੂਲਤਾਂ ਖਤਮ ਹੈ ਕੋਈ ਨੈਟ ਨਹੀਂ ਚੱਲਦਾ ਉਹਨਾਂ ਦੇ ਆਗੂ ਘਰਾਂ 'ਚ ਨਜ਼ਰਬੰਦ ਨੇ ਉੱਥੇ ਕੇਜਰੀਵਾਲ ਦਾ ਕੀ ਟਵੀਟ ਸੀ ਬਾਈ ਮੋਦੀ ਨੂੰ ਕਿ ਬਹੁਤ ਵਧੀਆ ਕੀਤਾ ਕਿ ਜਿਹੜਾ ਬੰਦਾ ਦਿੱਲੀ ਦਾ ਚਾਪਲੂਸ ਹੈ ਉਹ ਪੰਜਾਬ ਲਈ ਬੋਲ ਜੂਗਾ ਪੰਜਾਬ ਦੇ ਹੱਕਾਂ ਲਈ ਬੋਲ ਜੂਗਾ ਕਿ ਸਾਡੇ ਰਾਜਾਂ ਦੇ ਅਧਿਕਾਰ ਸੈਂਟਰ ਖੋ ਰਿਹਾ ਇੱਕ ਇੱਕ ਕਰਕੇ ਅਸੀਂ ਉਹ ਆਪਣੇ ਹੱਕ ਕਿਵੇਂ ਲੈਣੇ ਆ। ਲਾਸਟ 47 ਤੋਂ ਲੈ ਕੇ ਜਿਉਂ ਇਹ ਮੁਲਕ ਆਜ਼ਾਦ ਹੋਇਆ ਪੰਜਾਬ ਦੇ ਨਾਲ ਧੱਕੇ ਦੇ ਧੱਕਾ ਹੁੰਦਾ ਤੁਰਿਆ ਆਇਆ ਵਿਤਕਰੇ ਹੁੰਦੇ ਤੁਰੇ ਆਏ ਨੇ ਹਰ ਪੰਜਾਬ ਦਾ ਹੱਕ ਮਾਰਿਆ ਗਿਆ ਖੋਹਿਆ ਗਿਆ ਉਹ ਦਿੱਲੀ ਦੁਆਰਾ ਤੇ ਅੱਜ ਅਸੀਂ ਆ ਜਿਹੜੇ ਸਾਡੇ ਲੀਡਰ ਨੇ ਅੱਜ ਵੀ ਤੁਸੀਂ ਦੇਖੋ ਉਹ ਦਿੱਲੀ ਇੰਨੀ ਐ ਕੁੱਤੇ ਝਾਕ ਰੱਖੀ ਬੈਠੇ ਐ। ਜਿਹੜਾ ਬੰਦਾ ਅੱਗੇ ਇੱਥੇ ਕੋਈ ਅਹੁਦਾ ਪ੍ਰਾਪਤ ਕਰਦਾ ਸੀ ਸਭ ਤੋਂ ਪਹਿਲਾਂ ਜਿਹੜੇ ਸਾਡੇ ਤੀਰਥ ਸਥਾਨ ਨੇ ਦਰਬਾਰ ਸਾਹਿਬ ਹੈ ਜਾਂ ਕੋਈ ਹੋਰ ਤੀਰਥ ਸਥਾਨ ਆ ਉੱਥੇ ਨਤਮਸਤਕ ਹੁੰਦਾ ਸੀ ਹੁਣ ਕਿੱਥੇ ਹੁੰਦਾ ਜਾ ਕੇ ਦਿੱਲੀ ਜਾ ਕੇ ਪੈਰਾਂ 'ਚ ਡਿੱਗਦਾ। ਸਾਰੇ ਬੰਦੇ ਇਹੀ ਸੋਚੀ ਜਾਂਦੇ ਵੀ ਦਿੱਲੀ ਵਾਲੇ ਕੁਛ ਕਰਨਗੇ ਦਿੱਲੀ ਵਾਲੇ ਕੁਛ ਕਰਨਗੇ ਉਹ ਨਾ ਦਿੱਲੀ ਨੇ ਕਿਹੜੇ ਸਾਨੂੰ ਕੁਛ ਦਿੱਤਾ ਤੇ ਨਾ ਕਰੇ ਦੇਣਾ ਭੁੱਲ ਜਿਓ। ਆਹ ਨਵੀਂ ਗੱਲ ਦੇਖ ਲਓ ਹਰ ਪਾਰਟੀ ਦੀ ਜਿਹੜੀ ਸੋਚ ਹੈ ਹੁਣ ਆਹ ਕੇਜਰੀਵਾਲ ਦਿੱਲੀ ਆਇਆ ਹੋਇਆ ਲੁਧਿਆਣੇ ਆਇਆ ਹੋਇਆ ਇੱਥੇ ਪੰਜਾਬ ਦੇ ਦੋ ਦਿਨਾਂ ਦੇ ਦੌਰੇ ਤੇ ਮੈਂ ਬਾਹਲੇ ਬੰਦੇ ਕਹਿ ਦਿੰਦੇ ਨੇ ਕੇਜਰੀਵਾਲ ਨੇ ਜੀ ਦਿੱਲੀ ਦੇ ਵਿੱਚ ਹਸਪਤਾਲਾਂ ਨੂੰ ਐਂ ਕਰਤਾ ਜੀ ਸਕੂਲਾਂ ਨੂੰ ਐਂ ਕਰਤਾ ਜੀ ਐਨ ਆਰ ਸੀ ਸੀ ਏ ਆਇਆ ਕੇਜਰੀਵਾਲ ਬੋਲਿਆ UAPA ਦੇ ਵਿੱਚ ਅਮੈਂਡਮੈਂਟ ਕੀਤੀ ਗਈ ਸੋਧਾਂ ਕੀਤੀਆਂ ਗਈਆਂ ਆ ਜਿਹੜਾ ਹੁਣ ਸਾਡੇ ਮੁੰਡਿਆਂ ਨੂੰ ਟਿਫਨ ਬੰਬ ਵਾਲਾ ਚਲਾਇਆ ਹੋਇਆ ਨਾ ਇੱਕ ਟਿਫਨ ਬੰਬ ਚੱਲਿਆ ਹੋਇਆ ਸੁਣਦੇ ਹੋ ਤੁਸੀਂ ਵੀ ਟਿਫਨ ਬੰਬ ਦੀਆਂ ਤਾਰਾਂ ਇੱਥੇ ਜੁੜ ਗਈਆਂ ਟਿਫਨ ਬੰਬ ਦੀਆਂ ਤਾਰਾਂ ਉੱਥੇ ਜੁੜ ਗਈਆਂ ਫਟ ਫਟ ਸਾਡੇ ਮੁੰਡਿਆਂ ਨੂੰ ਆ 17-18 ਸਾਲ ਦੇ ਮੁੰਡੇ ਆ ਮੋਗਿਓ ਫੜਿਆ ਪਰਸੋਂ ਕਿ ਤਾਰਾਂ ਜੀ ਟਿਫਨ ਬੰਬ ਨਾਲ ਜੁੜਦੀਆਂ ਨੇ ਚੱਕ ਕੇ UAPA ਲਾ ਆਉਂਦਾ ਚੱਕ ਕੇ ਜੇਲ੍ਹ ਸਿੱਟ ਦਿੰਦੇ ਆ ਉਹ 10 ਸਾਲ ਵੈਸੀ ਉਹਦੀ ਕੋਈ ਜ਼ਮਾਨਤ ਨਹੀਂ ਹੁੰਦੀ ਉਦੋਂ ਬਾਅਦ ਕਹਿੰਦੇ ਜੀ ਬਰੀ ਕਰਤਾ ਇਹ ਬੇਕਸੂਰ ਸੀ ਉਹ 10 ਸਾਲ ਦੀ ਜ਼ਿੰਦਗੀ ਗਾਲ ਦਿੰਦੇ ਆ। ਕਿੰਨੇ ਕੁ ਬੰਦੇ ਨੇ ਪੰਜਾਬ ਦੇ ਜਿਹੜੇ ਇਹਨਾਂ ਗੱਲਾਂ ਦਾ ਵਿਰੋਧ ਕਰਦੇ ਉੱਠ ਕੇ ਬਈ ਕਸ਼ਮੀਰ ਦੇ ਵਿੱਚੋਂ 370 ਤੋੜੀ ਗਈ ਆ ਇੱਕ ਸੂਬੇ ਦੇ ਦੋ ਟੋਟੇ ਕਰ ਦਿੱਤੇ ਗਏ ਕਸ਼ਮੀਰੀ 3 ਸਾਲ ਤੋਂ ਵੱਧ ਸਮਾਂ ਹੋ ਗਿਆ ਤਾੜੇ ਹੋਏ ਨੇ ਅੰਦਰ ਛੇ ਸਹੂਲਤਾਂ ਖਤਮ ਹੈ ਸਿੱਖਿਆ ਸਹੂਲਤਾਂ ਖਤਮ ਹੈ ਕੋਈ ਨੈਟ ਨਹੀਂ ਚੱਲਦਾ ਉਹਨਾਂ ਦੇ ਆਗੂ ਘਰਾਂ 'ਚ ਨਜ਼ਰਬੰਦ ਨੇ ਉੱਥੇ ਕੇਜਰੀਵਾਲ ਦਾ ਕੀ ਟਵੀਟ ਸੀ ਬਾਈ ਮੋਦੀ ਨੂੰ ਕਿ ਬਹੁਤ ਵਧੀਆ ਕੀਤਾ। ਅਸੀਂ ਗੱਲ ਕਰ ਰਹੇ ਹਾਂ ਫੈਡਰਲ ਢਾਂਚੇ ਦੀ ਅਸੀਂ ਗੱਲ ਕਰ ਰਹੇ ਹਾਂ ਰਾਜਾਂ ਦੇ ਹੱਕਾਂ ਦੀ ਰਾਜਾਂ ਦੇ ਅਧਿਕਾਰਾਂ ਦੀ ਕਿ ਸਾਡੇ ਰਾਜਾਂ ਦੇ ਅਧਿਕਾਰ ਸੈਂਟਰ ਖੋ ਰਿਹਾ ਇੱਕ ਇੱਕ ਕਰਕੇ ਅਸੀਂ ਉਹ ਆਪਣੇ ਹੱਕ ਕਿਵੇਂ ਲੈਣੇ ਆ। ਤੇ ਦੂਜੇ ਪਾਸੇ ਸਾਡੇ ਲੋਕਾਂ ਨੂੰ ਇਹੀ ਸਮਝ ਨਹੀਂ ਲੱਗਦੀ ਵੀ ਜਿਹੜੇ ਬੋਲੀ ਸੈਂਟਰ ਦੀ ਬੋਲਦੇ ਜਿਹੜੇ ਬੋਲੀ ਦਿੱਲੀ ਦੀ ਬੋਲਦੇ ਆ ਅਸੀਂ ਕਹਿੰਦੇ ਬੰਦਾ ਬਹੁਤ ਵਧੀਆ ਹੈ ਇਹ ਹਸਪਤਾਲ ਬਣਾਤਾ ਇਹ ਕਲੀਨਿਕ ਬਣਾਤਾ ਇਹਨੇ ਸਕੂਲ ਬਹੁਤ ਵਧੀਆ ਬਣਾਤੇ। ਕੀ ਤੁਹਾਨੂੰ ਲੱਗਦਾ ਕਿ ਜਿਹੜਾ ਬੰਦਾ ਦਿੱਲੀ ਦਾ ਚਾਪਲੂਸ ਹੈ ਉਹ ਪੰਜਾਬ ਲਈ ਬੋਲ ਜੂਗਾ ਪੰਜਾਬ ਦੇ ਹੱਕਾਂ ਲਈ ਬੋਲ ਜੂਗਾ। ਇਹਨਾਂ ਦੀ ਹਾਲਾਤ ਪਤਾ ਕੀ ਹੁੰਦੇ ਆ ਜਿਹੜੇ ਸਾਰੇ ਕਹਾਉਂਦੇ ਆ ਕਿ ਅਸੀਂ ਪੰਜਾਬ ਦੇ ਰਖਵਾਲੇ ਹਾਂ ਅਸੀਂ ਪੰਜਾਬ ਦੇ ਸੇਵਾਦਾਰ ਹਾਂ ਅਸੀਂ ਪੰਜਾਬ ਨੂੰ ਬਚਾਉਣ ਆਏ ਹਾਂ ਇਹ ਤਾਂ ਯਾਰ ਆਪਦੀ ਪਾਰਟੀ ਦੇ ਵਿੱਚ ਨਹੀਂ ਕੋਈ ਗੱਲ ਰੱਖ ਸਕਦੇ ਕੋਈ ਇਹਨਾਂ ਦੀ ਪਾਰਟੀ ਦੀ ਮੀਟਿੰਗ ਹੁੰਦੀ ਆ ਉੱਥੇ ਗੱਲ ਕਹਿ ਸਕਦੇ ਹੱਕ ਠੋਕ ਕੇ ਤੇ ਜੇ ਗੱਲ ਕੱਲ ਨੂੰ ਪੰਜਾਬ ਦੇ ਹੱਕਾਂ ਦੀ ਆਈ ਤਾਂ ਇਹਨਾਂ ਦੀ ਯੁਰਤ ਹੈਗੀ ਬੋਲ ਲੈਣਗੇ। ਉਹ ਪੰਜਾਬ ਦੇ ਲੋਕੋ ਤੁਹਾਨੂੰ ਉੱਠਣਾ ਪੈਣਾ ਇਹ ਲੜਾਈ ਲੜਨੀ ਪੈਣੀ ਆ ਇਹ ਨੰਗੇ ਧੜਾਉਣਾ ਪੈਣਾ ਮੈਦਾਨ ਦੇ ਵਿੱਚ। ਜੇ ਤੁਹਾਨੂੰ ਇਹ ਲੱਗਦਾ ਨਾ ਵੀ ਮੇਰੇ ਵਰਗਾ ਕੋਈ 200 ਮੀਲ ਤੋਂ ਆ ਗਿਆ ਕੋਈ 400 ਮੀਲ ਤੋਂ ਆ ਗਿਆ ਕੋਈ 50 ਮੀਲ ਤੋਂ ਉੱਠ ਕੇ ਆ ਕੇ ਇੱਥੇ ਲੈਕਚਰ ਝਾੜ ਕੇ ਤੁਰ ਗਿਆ ਤੁਹਾਨੂੰ ਐਂ ਕੋਈ ਬਚਾ ਲੂਗਾ ਕੋਈ ਰਹਿਬਰ ਆਊਗਾ ਕੋਈ ਫਰਿਸ਼ਤਾ ਆਊਗਾ ਕੋਈ ਬਚਾ ਲੂਗਾ ਤੇ ਭੁੱਲ ਜਾਓ ਇਹ ਕਦੇ ਵੀ ਨਹੀਂ ਹੋਣਾ। ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਸੋਚ ਬਣਾਉਣੀ ਪੈਣੀ ਆ ਸੋਚ ਬਣਾਉਣੀ ਪੈਣੀ ਹੈ ਉਹ ਸੋਚ ਕਿਹੜੀ ਬਣਾਉਣੀ ਪੈਣੀ ਹੈ ਇਹ ਸਮਝੋ ਕਿ ਅਸੀਂ ਇਸ ਪੰਜਾਬ ਦੇ ਪੁੱਤ ਹੈ ਇਸ ਧਰਤੀ ਮਾਂ ਦੇ ਪੁੱਤ ਹੈ ਇਹ ਨਾ ਸੋਚਿਆ ਕਰੋ ਆਹ ਲੀਡਰ ਹੈ ਉਹ ਲੀਡਰ ਹੈ ਨਹੀਂ ਤੁਸੀਂ ਇਹ ਸੋਚੋ ਇਸ ਪੰਜਾਬ ਦਾ ਮੈਂ ਵੀ ਲੀਡਰ ਹੈ। ਸ਼ੁਰੂਆਤ ਆਪਣੇ ਪਿੰਡਾਂ ਤੋਂ ਕਰੋ ਆਪਣੇ ਘਰਾਂ ਤੋਂ ਕਰੋ ਆਪਣੇ ਆਲੇ ਦੁਆਲੇ ਤੋਂ ਕਰੋ ਫਿਰ ਜਾ ਕੇ ਗੱਲ ਬਣਨੀ ਹੈ। ਪਰ ਸਾਡੀ ਆਦਤ ਹੀ ਇਹ ਹੈ ਕਿ ਜਿਹੜਾ ਬੰਦਾ ਉੱਠਿਆ ਚਾਰ ਗੱਲਾਂ ਕੀਤੀਆਂ ਪੰਜਾਬ ਦੀਆਂ ਅਸੀਂ ਉਹਦੇ ਮਗਰ ਹੋ ਤੁਰਦੇ ਹਾਂ ਵੀ ਆਹ ਹੁਣ ਸਾਡੀ ਗੱਲ ਤਣ ਪੱਤਣ ਲਾਊਗਾ ਹੁਣ ਇਹਦੇ ਮਗਰ ਕਦੇ ਕਿਸੇ ਮਗਰ ਕਦੇ ਕਿਸੇ ਮਗਰ ਅਸੀਂ ਐਂ ਗੇੜੇ ਜੇ ਖਾਈ ਜਾਂਦੇ ਹਾਂ
ते मेरे वर्गा बंदा लोकां दे जज्बातां नाल खेड के लोकां नूं भावक करके देखो की हुंदा है, शब्दां दा जाल हुंदा है। जे मैं स्टेज ते खड़ा मैं चार किताबां पढ़ियां होणगियां, इतिहास बारे पढ़िया होऊगा, कुछ बुलारियां नूं लीडरां नूं बोलदा सुनिया होऊगा, तां मेरे कोल शब्दां दा जाल होऊगा। वह शब्द के जाल आ मैं लोगों से सुटना, तो शब्दों के जाल च लोगों ने फस जाना होंगे। साढ़े लोग जज्बाती बहुत ने, तो शब्दों के जाल च फसा के सू गमराह करके हमेशा साढ़े नाल ही कुछ होंगे आया प्रभु। सो इस करके मैं कहना चाहना है कि ए दबिया ना करो। कोई लड़ाई जो लड़ रहा कोई पिंड, जेडे पिंड दियां जमीनां दबियां जा रही तो नाल जाके खड़ो। ये मत्तेवाड़ा जंगल कले मत्तेवाड़े का नहीं, कले लुधियाने का नहीं, पूरे पंजाब पूरे पंजाबियों का जंगल है। हर पंजाबी का फर्ज बनता जे कोई सद्दा आता है तो हर बंदा पैर जुत्ती ना पाया करो, पहुंचा करो उत्थे, फिर जाके गल्लां बचनियां ने। इहदा असीं उदों उठदे आ साडे सिरां च आ पैंदियां ने गल्लां।